ਦੋਸਤੋ ਮੈਂ ਕਰਨਜੀਤ ਕੌਰ ਤੁਹਾਡਾ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਫੇਵਰੇਟ ਚੈਨਲ ਬੁਲੰਦ ਟੀਵੀ ਤੇ। ਕਹਿੰਦੇ ਜਦੋਂ ਵੀ ਨਵਾਂ ਮਹੀਨਾ ਆਉਂਦਾ ਜਾਂ ਨਵਾਂ ਮੌਸਮ ਆਉਂਦਾ ਆਪਾਂ ਹਮੇਸ਼ਾ ਤਿਆਰ ਹੁੰਦੇ ਹਾਂ ਉਸ ਨਵੇਂ ਮਹੀਨੇ ਦਾ ਸਵਾਗਤ ਕਰਨ ਲਈ। ਉਸੇ ਤਰ੍ਹਾਂ ਸਭ ਤੋਂ ਮੇਰਾ ਫੇਵਰੇਟ ਮਹੀਨਾ ਜਿਹੜਾ ਕਿ ਆਉਣ ਵਾਲਾ ਅਪ੍ਰੈਲ, ਇਸ ਅਪ੍ਰੈਲ ਦੇ ਮਹੀਨੇ 'ਤੇ ਸੋਚਦੇ ਹੀ ਸਭ ਤੋਂ ਪਹਿਲਾਂ ਇੱਕ ਫਨੀ ਜਿਹਾ ਡੇਟ ਆਪਣੇ ਦਿਮਾਗ 'ਚ ਆਉਂਦੀ ਹੈ, ਉਹ ਆ 1 ਅਪ੍ਰੈਲ, ਹੈ ਨਾ। ਆਈ ਥਿੰਕ ਸਾਰਿਆਂ ਨੂੰ 1 ਅਪ੍ਰੈਲ ਦਾ ਬਹੁਤ ਜ਼ਿਆਦਾ ਇੰਤਜ਼ਾਰ ਰਹਿੰਦਾ। ਸਾਰੇ ਇਸ ਦਿਨ ਆਪਣੇ ਫਰੈਂਡਸ ਨਾਲ, ਆਪਣੇ ਪੇਰੈਂਟਸ ਨਾਲ ਮਜ਼ਾਕ ਕਰਦੇ ਨੇ, ਥੋੜ੍ਹਾ ਇੰਜੋਏ ਕਰਦੇ ਨੇ, ਆਪਣੇ ਸਟ੍ਰੈਸ ਭਰੇ ਲੈਵਲ ਨੂੰ ਥੋੜ੍ਹਾ ਜਿਹਾ ਨੀਵਾਂ ਕਰਦੇ ਹੋਏ ਥੋੜ੍ਹਾ ਆਪਣੇ ਮੋਬਾਈਲਾਂ 'ਚੋਂ, ਆਪਣੇ ਲੈਪਟੋਪ 'ਚੋਂ ਬਾਹਰ ਨਿਕਲਦੇ ਆ ਅਤੇ ਲੋਕਾਂ ਨਾਲ ਮਸਤੀ ਕਰਦੇ ਆ। ਚਲੋ ਫਿਰ ਅੱਜ ਚੱਲੀਏ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ ਕੀ? ਰਮਾ ਜੀ। ਊਸ਼ਾ। ਓਕੇ ਮੈਮ, ਜਿਵੇਂ ਤੁਸੀਂ ਜਾਣਦੇ ਹੋ ਕਿ 1 ਅਪ੍ਰੈਲ ਆ ਰਿਹਾ, ਹੈ ਨਾ। 1 ਅਪ੍ਰੈਲ ਦੇ ਆਉਂਦੇ ਹੀ ਆਪਣੇ ਦਿਮਾਗ 'ਚ ਇਹ ਹੁੰਦਾ ਯਾਰ ਮਸਤੀ, ਹੈ ਨਾ, ਮਸਤੀ ਆ। ਤਾਂ ਮੈਂ ਇਹ ਪੁੱਛੂਗੀ, ਤੁਸੀਂ 1 ਅਪ੍ਰੈਲ ਕਿਵੇਂ ਮਨਾਓਗੇ? ਮਸਤੀ ਨਾਲ ਮਨਾਵਾਂਗੇ। ਬਸ ਜੋ ਵੀ ਦਿਲ ਕਰੇਗਾ ਕਰਾਂਗੇ, ਆਪਾਂ ਮਸਤੀ ਕਰਾਂਗੇ, ਖੂਬ ਹੱਸਾਂਗੇ, ਬੋਲਾਂਗੇ, ਟਾਈਮ ਪਾਸ ਕਰਾਂਗੇ ਆਪਣਾ। ਤੇ ਕਿਹਨੂੰ ਮਜ਼ਾਕ ਕਰੋਗੇ? ਹੈਂ, ਕਿਹਨੂੰ ਮਜ਼ਾਕ? ਅਸੀਂ ਤੁਹਾਨੂੰ ਹੀ ਕਰ ਦਾਂਗੇ। ਕਰੋ ਜੀ ਕਰੋ, ਅਸੀਂ ਤਾਂ ਤਿਆਰ ਹਾਂ। ਬਿਲਕੁਲ ਬਿਲਕੁਲ, ਹੋਰ ਤੁਹਾਨੂੰ ਹੀ ਕਰਾਂਗੇ, ਹੋਰ। ਥੈਂਕ ਯੂ ਜੀ, ਥੈਂਕ ਯੂ। 1 ਅਪ੍ਰੈਲ ਨੂੰ ਲੈ ਕੇ ਤੁਹਾਡੀਆਂ ਤਿਆਰੀਆਂ ਕੀ ਕੀ ਆ? 1 ਅਪ੍ਰੈਲ ਨੋਰਮਲ ਹੁੰਦਾ, ਮੇਰੇ ਲਈ ਤਾਂ ਨੋਰਮਲ ਹੁੰਦਾ। ਅੱਛਾ, ਯਾਨੀ ਕਿ ਤੁਸੀਂ ਕਿਸੇ ਨੂੰ ਅਪ੍ਰੈਲ ਫੁੱਲ ਨਹੀਂ ਬਣਾਉਂਦੇ? ਉਹ ਮਤਲਬ ਰੱਬ ਨੇ ਤਾਂ ਅੱਜ ਕੱਲ੍ਹ ਸਾਰਿਆਂ ਦੇ ਹੀ ਅਪ੍ਰੈਲ ਫੁੱਲ ਬਣਾਇਆ ਹੋਇਆ, ਤਾਂ ਆਪਾਂ ਕੀ ਬਣਾਉਣਾ? ਨਹੀਂ, ਉਹ ਤਾਂ ਚਲੋ ਠੀਕ ਹੈ, ਹੈ ਨਾ। ਮਤਲਬ ਸਾਰੇ, ਮਤਲਬ ਜੋ ਟਾਈਮ ਆ ਉਹ ਬਹੁਤ ਸਟ੍ਰੈਸਫੁੱਲ ਆ, ਸਾਰੇ ਆਪਣੇ ਬਿਜ਼ੀ ਨੇ ਹਰ ਇੱਕ ਜਗ੍ਹਾ, ਹੈ ਨਾ, ਕਿਤੇ ਨਾ ਕਿਤੇ। ਬਟ ਜਿਹੜੇ ਅਪ੍ਰੈਲ ਫੁੱਲ ਹੁੰਦਾ, ਇੱਕ ਇਹੋ ਜਿਹੀ ਮੌਕਾ ਹੁੰਦਾ ਜਿਹੜਾ ਆਪਾਂ ਆਪਣੇ ਫਰੈਂਡਸ ਨਾਲ ਜਾਂ ਆਪਣੇ ਰਿਲੇਟਿਵਸ ਨਾਲ ਮਜ਼ਾਕ ਵੀ ਕਰਦੇ ਅਤੇ ਥੋੜ੍ਹਾ ਟਾਈਮ ਸਪੈਂਡ ਵੀ ਕਰਦੇ ਇੱਕ ਤਰ੍ਹਾਂ ਨਾਲ, ਹੈ ਨਾ। ਮੈਂ ਉਸੇ ਤਰ੍ਹਾਂ ਪੁੱਛ ਰਹੀ ਸੀ ਕਿ ਉਸ ਤਰ੍ਹਾਂ ਨਾਲ ਤੁਸੀਂ ਆਪਣਾ ਟਾਈਮ ਕਿਹਦੇ ਨਾਲ ਸਪੈਂਡ ਕਰੋਗੇ ਅਤੇ ਕਿਹਦੇ ਨਾਲ ਆਪਣਾ ਫੈਸਟੀਵਲ? ਟਾਈਮ ਐਕਚੁਲੀ ਆਈ ਐਮ ਅ ਪ੍ਰੋਫੈਸਰ, ਤੋ ਮੈਂ ਆਪਣੇ ਕਾਲਜ 'ਚ ਹੀ ਸਾਰਾ ਟਾਈਮ ਸਪੈਂਡ ਕਰਾਂਗਾ। ਚਲੋ, ਓਕੇ ਸਰ। ਮਤਲਬ ਕੋਈ ਮੈਸੇਜ ਦੇਣਾ ਚਾਹੋਗੇ? ਨਹੀਂ, ਹੱਸਦੇ ਰਹੋ, ਹੱਸਦੇ ਰਹੋ, ਬਸ ਦੈਟਸ ਇਟ। ਓਕੇ ਸਰ, ਥੈਂਕ ਯੂ ਸੋ ਮਚ, ਥੈਂਕ ਯੂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੈਡਮ। ਤੁਹਾਡਾ ਨਾਮ ਜੀ? ਜੈਨ ਸ਼ਰਮਾ। ਵੈਰੀ ਨਾਈਸ ਨੇਮ ਸਰ। ਜਿਵੇਂ 1 ਅਪ੍ਰੈਲ ਆ ਰਿਹਾ, ਹੈ ਨਾ, ਤੁਸੀਂ ਇਸ 1 ਅਪ੍ਰੈਲ 'ਤੇ ਕੀ ਤਿਆਰੀਆਂ ਕੀਤੀਆਂ? ਅਪ੍ਰੈਲ ਫੁੱਲ ਬਣਾਉਂਦੀ ਹੈ ਸਾਰਿਆਂ ਨੂੰ। ਅੱਛਾ, ਕਿਹਨੂੰ ਤੇ ਬਣਾਓਗੇ ਅਪ੍ਰੈਲ ਫੁੱਲ? ਸਾਰਿਆਂ ਨੂੰ, ਜਿਹੜਾ ਜਿਹੜਾ ਮਿਲ ਗਿਆ ਉਹਨੂੰ ਬਣਾ ਲੈਣਾ। ਅੱਛਾ, ਜੇ ਕਿਸੇ ਨੇ ਤੁਹਾਨੂੰ ਬਣਾ ਤਾ? ਕੋਈ ਗੱਲ ਨਹੀਂ, ਆਪਾਂ ਹੀ ਬਣ ਜਾਵਾਂਗੇ। ਯਾਨੀ ਕਿ ਗੁੱਸੇ ਨਹੀਂ ਹੋਣਾ, ਹੈ ਨਾ। ਮੈਂ 1 ਅਪ੍ਰੈਲ ਮਨਾਉਂਦੇ ਆ ਰਹੇ ਆਪਾਂ ਕਾਫੀ ਟਾਈਮ ਤੋਂ, ਹੈ ਨਾ। ਬਟ ਕੁਛ ਇਹਦੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਹੈਗੀ ਵੀ ਆਪਾਂ ਕਿਉਂ ਮਨਾਉਣੇ ਆ, ਕੋਈ ਹਿਸਟਰੀ ਕੁਛ? ਇਹਨਾਂ ਦਾ ਮੈਡਮ ਮੈਨੂੰ ਪਤਾ ਨਹੀਂ, ਬਟ ਇਹ ਹੈ ਕਿ ਮਤਲਬ ਅਪ੍ਰੈਲ ਦੇ ਮਹੀਨੇ ਨੂੰ ਮਤਲਬ ਇੱਕ ਖੁਸ਼ੀ ਵਾਲਾ ਮਹੀਨਾ ਮੰਨਿਆ ਜਾਂਦਾ ਹੈਗਾ, ਕਿਉਂਕਿ ਮਤਲਬ ਕਿਸੇ ਦਾ ਦਿਲ ਨਾ ਦੁਖੇ, ਕੁਛ ਨਾ ਹੋਵੇ, ਸਾਰੇ ਹੱਸਦੇ ਰਹਿਣ, ਵੱਸਦੇ ਰਹਿਣ, ਸਭ ਦਾ ਦਿਲ ਖੁਸ਼ ਰਹੇ। ਤੇ 1 ਅਪ੍ਰੈਲ ਆ, ਹੈ ਨਾ, ਮਤਲਬ ਕਈ ਲੋਕ ਕਿਸੇ ਨੂੰ ਇਦਾਂ ਦਾ ਭੱਦਾ ਮਜ਼ਾਕ ਕਰਦੇ ਜੋ ਸ਼ਾਇਦ ਉਹ ਸਹਿਣ ਨਹੀਂ ਕਰ ਸਕਦੇ, ਤੁਸੀਂ ਉਹਨਾਂ ਨੂੰ ਕੁਝ ਮੈਸੇਜ ਦੇਣਾ ਚਾਹੋਗੇ? ਉਹਨਾਂ ਨੂੰ ਮੈਂ ਆਹੀ ਮੈਸੇਜ ਦੇਣਾ ਚਾਹੂੰਗਾ ਕਿ ਮਤਲਬ ਸਾਰੇ ਹੱਸਦੇ ਰਹੋ, ਵੱਸਦੇ ਰਹੋ, ਕਿਸੇ ਦੀ ਗੱਲ ਦਾ ਬੁਰਾ ਨਾ ਮੰਨੋ, ਮਜ਼ਾਕ ਵੱਧ ਤੋਂ ਵੱਧ ਵੀ ਹੁੰਦਾ ਹੈ ਤੇ ਘੱਟ ਤੋਂ ਘੱਟ ਵੀ ਹੁੰਦਾ ਹੈ, ਬਟ ਇੰਜੋਏ ਕਰੋ, ਲਾਈਫ ਹੈ, ਇਹ ਦੁਬਾਰਾ ਨਹੀਂ ਮਿਲਣੀ। ਹਾਂਜੀ ਬਿਲਕੁਲ, ਥੈਂਕ ਯੂ ਸਰ, ਥੈਂਕ ਯੂ ਸਰ। ਓਕੇ, ਵੈਲਕਮ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, 1 ਅਪ੍ਰੈਲ ਆ ਰਿਹਾ, ਹੈ ਨਾ। ਹਾਂਜੀ ਮੈਮ। ਤੁਸੀਂ ਉਸ 'ਤੇ ਕੀ ਤਿਆਰੀਆਂ ਕੀਤੀਆਂ ਹੋਈਆਂ? ਤਿਆਰੀਆਂ ਬਸ ਕੀ ਕਰਨੀਆਂ ਨੇ, ਫਰੈਂਡਸ ਨੂੰ ਦੇਖ ਰਹੇ ਹਾਂ, ਫਰੈਂਡਸ ਦੇ ਨਾਲ ਮਨਾਵਾਂਗੇ, ਦੇਖੋ ਕਿਵੇਂ ਦਾ ਮਨਾਇਆ ਜਾਂਦਾ ਜੀ। ਓਕੇ, ਮਤਲਬ ਮਜ਼ਾਕ ਕਰੋਗੇ, ਕੁਛ ਸੋਚਿਆ ਇਸ ਬਾਰੇ ਵੀ ਕੀ ਮਜ਼ਾਕ? ਫਿਲਹਾਲ ਤਾਂ ਨਹੀਂ ਸੋਚਿਆ, ਹੁਣ ਕੱਲ੍ਹ ਨੂੰ ਦੇਖਾਂਗੇ ਕੀ ਮਜ਼ਾਕ ਕਰਦੇ ਹਾਂ। ਅੱਛਾ, ਰਾਤ ਨੂੰ ਸੋਚਾਂਗੇ, ਸਾਰੇ ਬੈਠ ਕੇ ਪਲਾਨ ਬਣਾਓਗੇ, ਹੈ ਨਾ, ਸਰਪ੍ਰਾਈਜ਼। ਅੱਛਾ, ਤੁਹਾਡੇ ਹਿਸਾਬ ਨਾਲ 1 ਅਪ੍ਰੈਲ ਕਿੰਨੇ ਕਿੰਨੇ ਨਾਲ ਮਨਾਉਣਾ ਚਾਹੀਦਾ? 1 ਅਪ੍ਰੈਲ ਮੇਰੇ ਹਿਸਾਬ ਨਾਲ ਆਪਣੇ ਪੇਰੈਂਟਸ ਦੇ, ਫਰੈਂਡਸ ਦੇ ਨਾਲ ਮਨਾਉਣਾ ਚਾਹੀਦਾ, ਅਤੇ ਜ਼ਿਆਦਾ ਇਸ ਦੇ ਵਿੱਚ ਜ਼ਿਆਦਾ ਕਿਸੇ ਨੂੰ ਇਹੋ ਜਿਹਾ ਮਜ਼ਾਕ ਨਾ ਕਰੋ ਕਿ ਜਿਹਦੇ ਨਾਲ ਅਗਲੇ ਨੂੰ ਦੁੱਖ ਲੱਗੇ ਕਾਫੀ ਜ਼ਿਆਦਾ। ਹਾਂਜੀ ਬਿਲਕੁਲ। ਅੱਛਾ, ਮਤਲਬ ਇਸ 1 ਅਪ੍ਰੈਲ ਦੇ ਮੌਕੇ ਸਾਨੂੰ ਕੁਛ ਸੁਣਾਈ ਦਿਓ। ਨਹੀਂ ਸੋਰੀ ਮੈਮ, ਸੁਣਾਉਣਾ ਕੀ? ਚਲੋ, ਇਸ 1 ਅਪ੍ਰੈਲ ਦੇ ਮੌਕੇ 'ਤੇ ਮੈਂ ਤੁਹਾਨੂੰ ਕੁਛ ਮਤਲਬ ਮਜ਼ਾਕ ਤਾਂ ਨਹੀਂ ਕਰੂੰਗੀ, ਬਟ ਮੈਂ ਤੁਹਾਡੇ 'ਤੇ ਇੱਕ ਕਹਾਵਤ ਪੁੱਛਣਾ ਚਾਹੁੰਦੀ ਹਾਂ। ਹਾਂਜੀ। 2 ਕਬੂਤਰ ਕੋਲੋ ਕੋਲੇ, ਖੰਭ ਉਹਨਾਂ ਦੇ ਕਾਲੇ, ਰਹਿੰਦੇ ਕੋਲੋ ਕੋਲੇ, ਨਿੱਕੇ ਅਤੇ ਪਿਆਰੇ। ਨਹੀਂ ਮੈਮ। ਚਲੋ, ਤੁਸੀਂ ਸੋਚਦੇ ਰਹੋ, ਅਸੀਂ ਤੁਹਾਨੂੰ ਫੇਰ ਦੱਸਾਂਗੇ, ਠੀਕ ਹੈ ਸਰ? ਥੈਂਕ ਯੂ ਸਰ। ਓਕੇ, ਵੈਲਕਮ ਮੈਮ। ਇਸ 1 ਅਪ੍ਰੈਲ ਦੇ ਮੌਕੇ 'ਤੇ ਸਾਰੇ ਕੋਲ ਨਵੇਂ ਨਵੇਂ ਵਿਊਜ਼ ਅਤੇ ਨਵੀਆਂ ਨਵੀਆਂ ਗੱਲਾਂ ਨੇ। ਚਲੋ, ਜਾਣਦੇ ਹਾਂ ਫਿਰ ਅੱਗੇ ਕਿ ਉਹਨਾਂ ਕੋਲ ਹੋਰ ਕੀ ਗੱਲਾਂ ਨੇ ਸਾਡੇ ਲਈ 1 ਅਪ੍ਰੈਲ 'ਤੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਤੁਹਾਡਾ ਨਾਮ? ਮੇਰਾ ਨਾਮ ਨਵਜੋਤ ਸਿੰਘ ਹੈ ਜੀ। ਮਨਦੀਪ ਸਿੰਘ ਜੀ। ਕਰਮਪ੍ਰੀਤ ਸਿੰਘ ਜੀ। ਤੁਹਾਡਾ ਸਰ? ਸੁਖਦੀਪ ਸਿੰਘ ਜੀ। ਅੱਛਾ ਜੀ, ਮਤਲਬ ਸਾਰੇ ਆਪਾਂ ਇਕੱਠੇ ਹੋਏ ਹਾਂ, ਆਈ ਥਿੰਕ ਸਾਰੇ ਫਰੈਂਡਸ ਹੈ ਨਾ।
ਬੈਸਟ ਫਰੈਂਡਸ ਹੈ ਨਾ। ਅੱਛਾ ਮੈਨੂੰ ਇਹ ਦੱਸੋ 1 ਅਪ੍ਰੈਲ ਆ ਰਿਹਾ ਹੈ ਨਾ, ਭੈਣ ਜੀ ਮੇਰੇ ਖਿਆਲ ਪਲੈਨ ਕਰਦੇ ਕਿ ਯਾਰ 1 ਅਪ੍ਰੈਲ ਮਨਾਉਣਾ ਕਿਵੇਂ ਆ, ਹੈ ਨਾ, ਤੁਸੀਂ ਕੀ ਪਲੈਨ ਕੀਤਾ? ਅਸੀਂ ਤਾਂ ਜੀ ਕੋਈ ਪਲੈਨ ਨਹੀਂ, ਸਾਡਾ 1 ਅਪ੍ਰੈਲ ਵੀ ਉਵੇਂ ਹੀ ਹੈ, ਨਿਊ ਈਅਰ ਵੀ ਉਵੇਂ ਹੈ ਸਾਡਾ। ਸਾਡਾ ਜਿਹੜਾ ਪਲੈਨ ਕੀਤਾ ਹੁੰਦਾ ਉਹ ਤਾਂ ਅਸੀਂ ਜ਼ਿਆਦਾਤਰ ਮਤਲਬ ਕਿ ਫੋਲੋ ਨਹੀਂ ਕਰਦੇ, ਅਸੀਂ ਔਨ ਦੀ ਸਪੋਰਟ ਹੀ ਡਿਸੀਜਨ ਲੈਂਦੇ ਸਾਰੇ। ਅੱਛਾ ਤੇ ਮਨਾਓਗੇ ਕਿਤੇ ਕਿਤੇ ਨਾਲ? ਸਖੀਏ ਸਰਬੱਤ ਨੀ ਬੀਬੀ ਇਹ ਰਾਣੀ ਤੱਤ ਨੀ ਬੀਬੀ, ਸਖੀਏ ਸਰਬੱਤ ਨੀ ਬੀਬੀ ਇਹ ਰਾਣੀ ਤੱਤ ਨੀ ਬੀਬੀ, ਟਿੱਬਿਆਂ ਦਾ ਰੇਤਾ ਏ ਲੋਕਾਂ ਨੂੰ ਭੁੱਲ ਗਿਆ ਹੋਣਾ, ਸਾਨੂੰ ਤਾਂ ਚੇਤਾ ਏ ਲੋਕਾਂ ਨੂੰ ਭੁੱਲ ਗਿਆ ਹੋਣਾ, ਸਾਰੇ ਹੀ ਅੱਗੇ ਲੰਘ ਗਏ ਪਿੱਛੇ ਮੈਂ ਰਹਿ ਗਿਆ ਨੀ, ਸਾਰੇ ਹੀ ਅੱਗੇ ਲੰਘ ਗਏ ਪਿੱਛੇ ਮੈਂ ਰਹਿ ਗਿਆ ਨੀ, ਬਣ ਵਿੱਚ ਤਾਂ ਵੇਲਾਂ ਹੁੰਦੀਆਂ ਵੇਲਾਂ ਕੋਲ ਬਹਿ ਗਿਆ ਨੀ, ਬਣ ਵਿੱਚ ਤਾਂ ਵੇਲਾਂ ਹੁੰਦੀਆਂ ਵੇਲਾਂ ਕੋਲ ਬਹਿ ਗਿਆ ਨੀ, ਬਣ ਵਿੱਚ ਤਾਂ ਵੇਲਾਂ ਹੁੰਦੀਆਂ। ਵੈਰੀ ਨਾਈਸ, ਤੁਹਾਡੀ ਆਵਾਜ਼ ਬਹੁਤ ਸੋਹਣੀ ਹੈ ਸਰ। ਅੱਛਾ ਇਸ ਅਪ੍ਰੈਲ ਫੁੱਲ ਦੇ ਮੌਕੇ 'ਤੇ ਕੋਈ ਮੈਸੇਜ ਦੇਣਾ ਚਾਹੋਗੇ? ਅਸੀਂ ਤਾਂ ਜੀ ਇੱਕ ਹੀ ਮੈਸੇਜ ਕਰ ਰਹੇ ਹਾਂ ਵੀ ਅਪ੍ਰੈਲ ਫੂਲ ਬਣਾਓ ਜੀ, ਮਤਲਬ ਲਿਮਿਟਿਡ ਜਿਹਾ ਬਣਾਓ। ਮਤਲਬ ਕਈ ਵਾਰੀ ਕੀ ਹੁੰਦਾ ਬੰਦਾ ਨਹੀਂ ਨਿੱਜੀ ਕਈ ਵਾਰੀ ਸੱਚੀ ਮਿੱਚੀ ਕਿਸੇ ਨਾਲ ਘਟਨਾ ਹੋ ਜਾਂਦੀ ਹੈ, ਪਰ ਉਹ ਸਮਝ ਲੈਂਦੇ, ਜਿਵੇਂ ਕਈ ਵਾਰੀ ਆਪਾਂ ਕਿਸੇ ਨੂੰ ਫੋਨ ਕਰਦੇ ਯਾਰ ਬਈ ਮੇਰੇ ਨਾਲ ਤਾਂ ਆਹ ਗੱਲ ਹੋ ਗਈ ਯਾਰ, ਅਗਲਾ ਅਪ੍ਰੈਲ ਫੂਲ ਸਮਝ ਕੇ ਵੀ ਖਾਮਣੀ ਗੌਲ ਨਹੀਂ ਕਰਦਾ, ਹੈਲਪ ਨਹੀਂ ਕਰਦਾ। ਹਾਂਜੀ, ਸੇਫ ਤੇ ਸਾਫ ਸਹੀ ਤਰੀਕੇ ਨਾਲ ਮਨਾਓ। ਓਕੇ ਸਰ, ਥੈਂਕ ਯੂ ਸੋ ਮਚ, ਥੈਂਕ ਯੂ ਸਰ। ਜੀ ਤੁਹਾਡਾ ਨਾਮ? ਮਾਈ ਨੇਮ ਇਜ਼ ਪੀਕੇ। ਓਕੇ ਨਾਈਸ, ਪੀਕੇ। ਓਕੇ ਸਰ, 1 ਅਪ੍ਰੈਲ ਆ ਰਿਹਾ ਹੈ ਨਾ, ਇਸ 1 ਅਪ੍ਰੈਲ ਤੇ ਤੁਸੀਂ ਕੀ ਪਲਾਨ ਕੀਤਾ? 1 ਅਪ੍ਰੈਲ ਤੇ ਮੈਂ ਪਲਾਨ ਕੀਤਾ ਹੈ ਕਿ ਨਵੇਂ ਪਟੋਲੇ ਦੇਖਾਂਗਾ ਔਰ ਉਹਨਾਂ ਨੂੰ ਲੈ ਕੇ ਜਾਵਾਂਗਾ ਚੰਡੀਗੜ੍ਹ। ਅੱਛਾ, ਰੋਜ਼ ਗਾਰਡਨ। ਓਕੇ, ਠੀਕ ਹੈ, ਲੇਕ। ਓਕੇ ਫਾਈਨ, ਇਹ ਪਲੈਨਿੰਗ ਹੈ ਮੇਰੀ। ਐਨੀਥਿੰਗ ਐਲਸ? ਨਥਿੰਗ ਇਜ਼। ਅਪ੍ਰੈਲ ਦੇ ਅਪ੍ਰੈਲ ਫੂਲ ਦੇ ਮੌਕੇ ਤੇ ਕਿਸੇ ਨੂੰ ਕੋਈ ਮੈਸੇਜ ਕੁਛ? ਹਾਂ, ਮੇਰਾ ਮੈਸੇਜ ਤਾਂ ਇਹ ਹੈ ਕਿ ਤੁਸੀਂ ਆਪਣਾ ਸਟੇ ਅਵੇ ਫਰੋਮ ਡਰੱਗਸ, ਓਕੇ, ਐਂਡ ਸਟੇ ਅਵੇ ਫਰੋਮ ਸਮੋਕ, ਸਟੇ ਅਵੇ ਫਰੋਮ ਬੈਡ ਗਰਲਸ। ਬਿਲਕੁਲ, ਓਕੇ, ਇਹ ਮੇਰਾ ਮੈਸੇਜ ਹੈ ਮੇਨ। ਬਾਕੀ ਈਟ ਹੈਲਦੀ, ਲਾਈਵ ਹੈਲਦੀ। ਓਕੇ ਸਰ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮੈਮ, ਤੁਹਾਡਾ ਨਾਮ? ਮੇਰਾ ਨਾਮ ਪੂਨਮ ਹੈ। ਨਾਈਸ ਨੇਮ, ਪੂਨਮ। ਮੈਮ 1 ਅਪ੍ਰੈਲ ਆ ਰਿਹਾ ਹੈ ਨਾ, 1 ਅਪ੍ਰੈਲ ਨੂੰ ਲੈ ਕੇ ਤੁਸੀਂ ਕੀ ਤਿਆਰੀ? ਕੁਛ ਨਹੀਂ ਤਿਆਰੀ ਕੀਤੀ, ਬਸ ਫਰੈਂਡਸ ਹੁੰਦੇ ਆ ਨਾਲ, ਉਹਨਾਂ ਨਾਲ ਇਕੱਠਾ ਇੰਜੋਏ ਵਗੈਰਾ ਕਰ ਲੈਂਦੇ ਹਾਂ, ਉਹਨਾਂ ਨਾਲ ਬਸ ਅਪ੍ਰੈਲ ਫੁੱਲ ਵਗੈਰਾ ਮਨਾ ਲੈਂਦੇ, ਬਸ ਹੋਰ ਕੁਛ ਨਹੀਂ। ਅੱਛਾ, ਅਤੇ 1 ਅਪ੍ਰੈਲ ਆ ਹੈ ਨਾ, ਸਾਰਿਆਂ ਦਾ ਕੁਛ ਨਾ ਕੁਛ ਸਪੈਸ਼ਲ ਹੁੰਦਾ ਹੈ ਨਾ, ਤੁਸੀਂ ਸਪੈਸ਼ਲ ਕੀ ਕਰੋ? ਸਾਡੇ ਲਈ ਕੁਛ ਲਈ ਸਪੈਸ਼ਲ ਹੈ, ਅਸੀਂ ਮਾਹੌਲ 'ਚ ਆਪਣਾ ਸਪੈਸ਼ਲ ਸਭ ਕੁਛ ਕਰਦੇ ਹਾਂ। ਓਕੇ, ਅਤੇ ਇਸ 1 ਅਪ੍ਰੈਲ ਦੇ ਮੌਕੇ 'ਤੇ ਕੀ ਮੈਸੇਜ ਦੇਣਾ ਚਾਹੋ? ਬਸ ਮੈਂ ਤਾਂ ਇਹ ਕਹਿੰਦੀ ਹਾਂ ਵੀ ਜਿੰਨਾ ਦਾ ਵੀ ਅਪ੍ਰੈਲ ਫੁੱਲ ਬਣਦਾ ਜਲਦੀ ਜਲਦੀ ਨਾ ਬਣਾਉਣ ਆਪਣਾ ਫੁੱਲ, ਅਤੇ ਮਤਲਬ ਥੋੜ੍ਹਾ ਮਾਇੰਡ ਵੀ ਆਪਣਾ ਕੰਮ ਲਗਾਉਣ ਵੀ ਹਾਂ ਵੀ ਅਪ੍ਰੈਲ ਫੁੱਲ ਇਹਦੇ 'ਚ ਬਣਨਾ ਚਾਹੀਦਾ ਕਿ ਨਹੀਂ, ਕਿ ਮਤਲਬ ਡੇਂਜਰ ਵਾਲਾ ਅਪ੍ਰੈਲ ਫੁੱਲ ਨਾ ਬਣਾਉਣ, ਨੋਰਮਲ ਛੋਟੇ ਮੋਟੇ ਮਜ਼ਾਕ ਕਰਨ, ਹੈ ਨਾ, ਹੋ ਜਾਏ ਜ਼ਿਆਦਾ ਵੱਡਾ ਨਾ ਹੋਵੇ, ਮਤਲਬ ਕਿ ਕਈ ਵਾਰੀ ਤਾਂ ਜੋ ਹੁਣ ਮਨਾਉਂਦੇ ਜਿੰਨਾ ਅਪ੍ਰੈਲ ਫੁੱਲ ਬੰਦਾ ਉਹ ਤਾਂ ਬਹੁਤ ਹੀ ਜ਼ਿਆਦਾ ਸੀਰੀਅਸ ਲੈ ਜਾਂਦੇ ਕਿ ਹਾਂ ਅਪ੍ਰੈਲ ਫੁੱਲ ਹੈ ਸਾਡਾ, ਪਰ ਉਹਨਾਂ ਨੂੰ ਇਹ ਨਹੀਂ ਬਾਅਦ 'ਚ ਪਤਾ ਲੱਗਦਾ ਕਿ ਸਾਡਾ ਫੁੱਲ ਬਣਿਆ ਜੀ। ਅੱਛਾ, ਮਤਲਬ ਅਪ੍ਰੈਲ ਫੁੱਲ ਆਪਾਂ ਮਨਾਉਂਦੇ ਜਾ ਰਹੇ ਹਾਂ, ਤੁਸੀਂ ਜਾਣਦੇ ਹੋ ਵੀ ਕਦੋਂ ਤੋਂ ਮਨਾਇਆ ਜਾਂਦਾ ਜਾਂ ਕਿਉਂ ਮਨਾਇਆ ਜਾਂਦਾ, ਕੁਛ ਆਈਡੀਆ? ਨਹੀਂ, ਇਹਨਾਂ ਨੇ ਮੈਨੂੰ ਪਤਾ ਨਹੀਂ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਮੈਮ। ਹੈਲੋ, ਤੁਹਾਡਾ ਨਾਮ ਕੀ ਹੈ? ਰਮਨੀਕ। ਓਕੇ ਰਵਨੀਤ ਮੈਮ, ਇਹ ਦੱਸੋ ਕਿ 1 ਅਪ੍ਰੈਲ ਆ ਰਿਹਾ, ਤੁਸੀਂ ਕੀ ਸੋਚਿਆ ਉਸ ਬਾਰੇ? ਮੈਂ ਆਪਣੇ ਫਰੈਂਡਸ ਨਾਲ ਅਪ੍ਰੈਲ ਫੂਲ ਗੇਮ ਖੇਡਣ ਬਾਰੇ ਸੋਚਿਆ। ਅੱਛਾ, ਉਹ ਕਿਹੜੀ ਗੇਮ ਆ, ਮੈਨੂੰ ਵੀ ਦੱਸ ਦਿਓ ਥੋੜ੍ਹਾ। ਤਾਂ ਆਪਾਂ ਉਹਨਾਂ ਦਾ ਫੂਲ ਬਣਾਈਦਾ, ਬੀਬੀ ਫੂਲ ਦਾ। ਓਕੇ ਫਾਈਨ। ਅੱਛਾ, ਮਤਲਬ ਆਪਾਂ 1 ਅਪ੍ਰੈਲ ਬਣਾਉਣੇ ਆ, ਫੂਲ ਬਣਾਉਣੇ ਆ ਪਰਸਨ ਨੂੰ, ਤੁਹਾਨੂੰ ਇਸ ਕੀ ਲੱਗਦਾ ਵੀ ਇਸਨੂੰ ਇਸ ਮੌਕੇ 'ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਇਸ ਮੌਕੇ 'ਤੇ ਜਿਵੇਂ ਅੱਜ ਕੱਲ੍ਹ ਕਾਫੀ ਸ਼ੋਅ ਆਫ ਵੱਧ ਗਿਆ, ਉਸ ਨੂੰ ਜੇ ਆਪਾਂ ਘਟਾਉਣ ਦਾ ਕੋਸ਼ਿਸ਼ ਕਰੀਏ।
ओके, यानी कि आपां नूं ज़्यादा शो ऑफ नहीं करना चाहिए, अपनी नॉर्मल लाइफ जीनी चाहिए है। जिन्हें ने थोनू एस्टीमेट करना उन्होंने उवें ही कर लेना है ना। अच्छा मैम, इस मौके पर कुछ सुना दो सन। लाइक वट? कोई सौं, कोई जो कुछ भी। बस आई वुड लाइक टू से दैट वी शुड ऑलवेज डू गुड डीड्स इन आवर लाइफ, के वी शुड नॉट हर्ट एनी वन, वी शुड बिलीव इन आवर सेल्फ, वी शुड हैव फेथ इन गॉड, वी शुड इंजॉय आवर लाइफ वट एवर वी हैव। मैम थैंक यू सो मच, थैंक यू। अगे गल करते हैं अपने 1 अप्रैल बारे कि पूरी फैमिली मिल के इस दिन नू किस तरह मनाउंदी है ना। सत श्रीकाल। तुहाडा नाम? जसदीप। तुहाडा नाम? जशनप्रीत। फतेहवीर सिंह। हरसिमरन। जसवीर। ओके, जिवें तुहानू पता कि 1 अप्रैल आ रहा है ना, 1 अप्रैल नू लैके तुहाडी की तैयारी है? फिलहाल तो कुछ नहीं, बस एवं। अच्छा, मतलब कि किस नाल सेलिब्रेट करोगे 1 अप्रैल? सब नाल ही। फ्रेंड्स? फैमिली, फ्रेंड्स, ज़्यादा तो फ्रेंड्स है ना। पिछली बार मैं मासी जी नाल कीता सीगा, इस बार देखो। ओके, जेड़ा टाइम ते मिलिया है ना हर एक नाल, चलो वधिया गल है। अच्छा मैम, ये दसो कि 1 अप्रैल आप मनाते हैं, कुछ आइडिया है भी आप क्यों मनाते हैं या कदों तो आया है चलता? मेरे अकॉर्डिंग तो एक फन होंदा जिस नाल सारे खुश होंदे हैं, कई बार अपन सैड बंदे नूं भी खुश कर देंदे हैं। बिल्कुल है ना, इन्नी स्ट्रेसफुल लाइफ आ, एक दिन होंदा जिस आप मजाक कर सकते हैं। अच्छा मैम तुसीं दसो, रिजल्ट आया होएगा हुण है ना, वधिया है? हाँ जी, चलो वधिया गल्ल। फिर इस मौके पर मैनूं जल्दी जल्दी दसो तुसीं 1 अप्रैल कि फैमिली फ्रेंड्स नाल। फैमिली नूं तां आपां हमेशा ही तंग करदे आ, इस बार फ्रेंड्स नूं भी करो ना। हाँ जी पक्का, न्यू भाभी एंड न्यू चीजू, वो तो पक्का बनता है फिर है ना, वो तो पक्का बनता है, वो तो हक है। अच्छा छुटकू जी, तुसीं दसो तुसीं फतेहवीर जी किवें मनाओगे? फ्रेंड्स नाल। अच्छा किवें दा मजाक करोगे, जल्दी जल्दी दस। अजे कुछ सोचा नहीं है ना। अच्छा पहले ये दसो रिजल्ट वधिया आया? हाँ जी। कुछ सुनाई दो सानू खुशी दे मौके ते है ना। जेड़ा आंदा ओ वाला गाना सुना, जेड़ा तुहाडा फेवरेट। तेरी अट्टी टिबल जी तानी वे, रखे बुकल च बंदे ठानी वे, आहा शौक के हो जे पाले वे, सौं तेरी मैनू नहीं जचदे, तेरे कम डिफाल्टर वाले वे, मेरी हिक ते घर ते पैर कुड़े ने, रब करे उन्हां दी खैर कुड़े ने, जो नप्पन मेरे जद बातां नूं मेरे सार लगदे जहर कुड़े ने, हाए हीर भुगतन पैंदा आ, हीर भुगतन पैंदा आ, जो किस्मत दे चक्कर पए, जो किस्मत दे चक्कर पए, तेरा यार डिफाल्टर तां होया, कुछ बंदे डिफाल्टर टक्कर गए, यार डिफाल्टर तां होया, कुछ बंदे डिफाल्टर टक्कर गए। वेरी नाइस, वेरी नाइस। अच्छा तुसी रह गए, हुण तुसी की सुनाओ? की सुनावां ई, दसो सही, दसो ना, मैं गाना सुना दो फिर, गाना सुना। ਆਉਂਦਾ ਹੀ ਨਹੀਂ ਗਾਣਾ, ਮੈਂ ਸੁਣਦਾ ਘੱਟਾਂ, ਹੋਬੀ ਨਹੀਂ ਮੇਰੀ ਗਾਣੇ ਸੁਣਨ ਵਾਲੀ। ਕਿਸ ਚੀਜ਼ ਦੀ ਹੋਬੀ ਆ? ਪਲੇਇੰਗ ਗੇਮਸ। ਓਹ, ਇਸ ਚੀਜ਼ ਨੂੰ ਤਾਂ ਕੰਮ ਕਰਨ ਲਈ ਅਸੀਂ 1 ਅਪ੍ਰੈਲ ਮਨਾ ਰਹੇ ਹਾਂ, ਹੈ ਨਾ। ਅੱਛਾ ਫਿਰ ਇਹ ਦੱਸੋ, ਕੋਈ ਗਾਣਾ ਜੋਕ ਸੁਣਾ ਦਿਓ, ਜੋਕ ਸੁਣਾ ਦਿਓ, ਜੋਕ ਕਰਦਾ ਕਵਿਤਾ ਸੁਣਾ। ਹਾਂ, ਆਉਂਦੀ ਨਹੀਂ। ਚਲੋ ਇਟਸ ਓਕੇ। ਮਤਲਬ ਤੁਸੀਂ 1 ਅਪ੍ਰੈਲ ਕਿਵੇਂ ਮਨਾਓਗੇ? ਫਰੈਂਡਸ ਨਾਲ। ਪਿਛਲੀ ਵਾਰ ਚਾਚੂ ਨੂੰ ਬਹੁਤ ਵਧੀਆ ਮਜ਼ਾਕ ਕਰਿਆ ਚਾਚਾ ਜੀ ਨਾਲ ਹੀ। ਅੱਛਾ, ਜਾ ਕੇ ਪਿਛਲੀ ਵਾਰ ਫੈਮਿਲੀ ਨਾਲ ਮਨਾਇਆ ਸੀ, ਹੈ ਨਾ, ਇਸ ਵਾਰ ਫਰੈਂਡਸ ਨਾਲ ਆਇਆ? ਹਾਂਜੀ ਹਾਂ। ਇਸ ਮਤਲਬ 1 ਅਪ੍ਰੈਲ ਦੇ ਮੌਕੇ 'ਤੇ ਕੀ ਮੈਸੇਜ ਦੇਣਾ ਚਾਹੋਗੇ ਕਿ ਕਿਵੇਂ ਮਤਲਬ ਆਪਾਂ ਨੂੰ ਮਨਾਉਣੀ ਚਾਹੀਦੀ ਹੈ ਕਿਸੇ ਨਾਲ? ਅਪ੍ਰੈਲ ਫੁੱਲ ਬਣਾਓ, ਸਭ ਨੂੰ ਬਣਾਓ, ਹਸੀ ਤੁਸੀਂ ਬਣਾਓ, ਬਟ ਇਹ ਜਾ ਕੋਈ ਉਹ ਨਾ ਕਰੋ ਜਿਹੜਾ ਕਿਸੇ ਨੂੰ ਹਰਟ ਕਰੇ, ਜਿਹੜਾ ਮਜ਼ਾਕ ਕਿਸੇ ਨੂੰ ਹਰਟ ਕਰੇ, ਬਾਕੀ ਇੰਜੋਏ ਕਰੋ। ਬਿਲਕੁਲ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ? ਮੇਰਾ ਨਾਮ ਬਾਲ ਕ੍ਰਿਸ਼ਨ। ਓਕੇ ਸਰ, ਜਿਵੇਂ 1 ਅਪ੍ਰੈਲ ਆ ਰਿਹਾ ਹੈ ਨਾ, ਤੁਸੀਂ ਉਸਦੀ ਕੀ ਤਿਆਰੀ ਕੀਤੀ ਆ? ਤਿਆਰੀ ਕੀਤੀ ਹੈ, ਵੀ ਆਰ ਕਮਿੰਗ ਵਿਦ ਨਿਊ ਆਫਰਸ ਐਂਡ ਡਿਸਕਾਊਂਟਸ ਇਨ ਦਾ ਸਟੋਰ। ਓਕੇ, ਸੋ ਲਾਈਕ ਯੂ ਨੋ, ਹਮਾਰਾ ਜੋ ਅਪ੍ਰੈਲ ਫੁੱਲ ਰਹੇਗਾ, ਆਈਡੀਲੀ ਅਪ੍ਰੈਲ ਫੁੱਲ ਨਹੀਂ ਰਹੇਗਾ, ਸੋ ਵੀ ਵਿਲ ਬੀ ਲਾਈਕ ਯੂ ਨੋ ਇੰਟਰੋਡਿਊਸਿੰਗ ਦਾ ਕਸਟਮਰ ਵਿਦ ਦਾ ਬੈਸਟ ਸਕੀਮ ਇਨ ਦਾ ਸਟੋਰ। ਓਕੇ, ਯਾ, ਇਟ ਇਜ਼ ਵੈਰੀ ਨਾਈਸ ਸਰ, ਇਹ ਤਾਂ ਸਭ ਤੋਂ ਵਧੀਆ ਆਫਰ ਹੈ, ਹੈ ਨਾ। ਅੱਛਾ, ਮਤਲਬ ਤੁਹਾਡੇ ਹਿਸਾਬ ਨਾਲ 1 ਅਪ੍ਰੈਲ ਮਨਾਉਂਦੇ ਆ ਲੋਕ, ਉਸ 'ਤੇ
ਕੀ ਮੈਸੇਜ ਦੇਣਾ ਚਾਹੋਗੇ ਕਿਵੇਂ ਮਨਾਉਣਾ ਚਾਹੀਦਾ? ਮੈਸੇਜ ਆਈਡੀਅਲੀ ਮੈਸੇਜ ਮੈਂ ਇਹ ਦੇਣਾ ਚਾਹੂੰਗਾ ਕਿ ਅੱਜ ਕੇ ਯੂਥ ਮੇ ਪੀਪਲ ਆਰ ਲਾਈਕ ਯੂ ਨੋ ਮੋਰ ਅਪਡੇਟਡ ਐਂਡ ਵਟ ਯੂ ਕਾਲ ਟੈਕਨੀਕਲੀ ਸਾਊਂਡ, ਸੋ ਪੀਪਲ ਡੋਂਟ ਬਿਲੀਵ ਇਨ ਲਾਈਕ ਯੂ ਨੋ ਬਟ ਲੇਕਿਨ ਇਹ ਪੁਰਾਣੀ ਭਾਵਨਾਏ ਰਹਿਤੇ ਜੈਸੇ ਹਮਾਰੇ ਪੇਰੈਂਟਸ ਅਭੀ ਇਸ ਚੀਜ਼ ਮੇ ਵਿਸ਼ਵਾਸ ਕਰਤੇ, ਸੋ ਲਾਈਕ ਯੂ ਨੋ ਦਿਸ ਥਿੰਗ ਇਜ਼ ਮੈਂਟ ਫੋਰ ਦੈਮ, ਬਟ ਲਾਈਕ ਯੂ ਨੋ ਅੱਜ ਕੀ ਪੀੜ੍ਹੀ ਬਹੁਤ ਆਗੇ ਜਾ ਚੁੱਕੀ ਹੈ। ਆਪਕੋ ਨਹੀਂ ਲਗਤਾ ਕਿ ਕਹੀਂ ਨਾ ਕਹੀਂ ਇਹ ਲੋਗੋਂ ਕਾ ਸਟ੍ਰੈਸ ਕਮ ਕਰਤਾ ਹੈ? ਕੰਪਿਊਟਰ ਮੇ ਲੋਗ ਕਹੀਂ ਹਰ ਜਗ੍ਹਾ ਬਿਜ਼ੀ ਹੈ, ਜੋ ਯਹੀ ਟਾਈਮ ਹੋਤਾ ਹੈ ਕਿ ਆਪ ਆਪਣੇ ਫਰੈਂਡਸ ਕੇ ਸਾਥ ਸਾਥ ਫੈਮਿਲੀ ਕੇ ਸਾਥ ਟਾਈਮ ਸਪੈਂਡ ਕਰ ਸਕਦੇ। ਯਾ ਡੈਫੀਨੇਟਲੀ ਡੈਫੀਨੇਟਲੀ ਆਈ ਵੁੱਡ ਲਾਈਕ ਟੂ ਸ਼ੇਅਰ ਵਨ ਇੰਸੀਡੈਂਟ, ਲਾਈਕ ਯੂ ਨੋ ਵਨ ਮੈਸੇਜ ਮਾਈ ਫਰੈਂਡ ਹੈਜ਼ ਗਿਵਨ ਮੀ ਟੂਡੇ ਕਿ ਲਾਈਕ ਯੂ ਨੋ ਹਾਊ ਟੂ ਕੰਟਰੋਲ ਵਾਈਫ। ਸੋ ਜਬ ਮੈਂ ਉਸਕੀ ਕਲਿਪ ਖੋਲੀ ਤੋ ਉਸ ਪੇ ਲਿਖਾ ਥਾ ਅਪ੍ਰੈਲ ਫੁੱਲ, ਆਈ ਫੈਲਟ ਇਟ ਲਾਈਕ ਯਾ ਅਪ੍ਰੈਲ ਫੁੱਲ ਆਨੇ ਵਾਲਾ ਹੈ, ਸੋ ਲਾਈਕ ਯੂ ਨੋ ਵੀ ਹੈਵ ਲੈਫਟ ਓਨਲੀ ਵਨ ਡੇ ਇਨ ਬਿਟਵੀਨ। ਬਿਲਕੁਲ ਰਿਮਾਈਂਡਸ ਲਾਈਕ ਯੂ ਨੋ ਟੂ ਡੂ ਆਵਰ ਲਾਈਕ ਯੂ ਨੋ ਚਾਈਲਡਹੁੱਡ ਮੈਮਰੀਜ਼, ਸੋ ਦਿਸ ਇਜ਼ ਹਾਊ ਦ ਥਿੰਗਸ ਆਰ। ਤੁਸੀਂ ਦੱਸ ਸਕਦੇ ਹੋ ਕਿ ਆਪਾਂ ਫਸਟ ਅਪ੍ਰੈਲ ਮਨਾਉਂਦੇ ਹਾਂ ਹਨਾ, ਇਹ ਕਦੋਂ ਸ਼ੁਰੂ ਹੋਇਆ, ਕੁਛ ਆਈਡੀਆ ਹੈਗਾ ਤੁਹਾਨੂੰ? ਆਈ ਡੋਂਟ ਹੈਵ ਐਨੀ ਐਗਜ਼ੈਕਟਲੀ ਦੈਟ ਕਲੂ, ਬਟ ਮੈਨੂੰ ਪਤਾ ਨਹੀਂ ਹੈ, ਬਟ ਲਾਈਕ ਯੂ ਨੋ ਸਿੰਸ ਦੈਟ ਡੇ ਆਈ ਹੈਵ ਬੋਰਨ, ਤੋ ਹਮ ਯਹੀ ਦੇਖ ਰਹੇ ਹੈ ਕਿ ਠੀਕ ਹੈ ਇੱਕ ਪੁਰਾਣੀ ਚੀਜ਼ਾਂ ਥੀ ਤੋ ਪ੍ਰਥਾ ਉਹ ਹੀ ਚਲੀ ਆ ਰਹੀ ਹੈ। ਚਲੀ ਆ ਰਹੀ ਹੈ। ਓਕੇ, ਇਸ ਫਸਟ ਅਪ੍ਰੈਲ ਕੇ ਮੌਕੇ ਪੇ ਆਪ ਹਮੇ ਕਿਆ ਸੁਣਾਓਗੇ? ਕਿਆ ਸੁਣਨਾ ਚਾਹੇਂਗੇ? ਕੋਈ ਅੱਛਾ ਸਾ ਗਾਣਾ ਸੁਣਾ ਦੀ। ਗਾਣਾ ਤੋ ਐਕਚੁਅਲੀ ਆਈ ਐਮ ਵੈਰੀ ਬੈਡ ਇਨ ਸਿੰਗਿੰਗ। I would like to delegate one song to my wife. Okay, so what song should I sing? Okay. That's very, it's a tough job for me to sing. Sir ke sir ne inko saunp diya wo mujhe. He's very aggressive guy and like you know he has that got that quality, so I like you know I can like you know depend on him, we will sing. Okay sir. Start karu? तू ही ये मुझको बता दे चाहूँ मैं या ना, अपने तू दिल का पता दे चाहूँ मैं या ना, इतना बता दे मुझको चाहत पे अभी मुझको यूँ तो नहीं एतबार, तू ही ये मुझको बता दे चाहूँ मैं या ना। बस ਵੈਰੀ ਨਾਈਸ, ਥੈਂਕ ਯੂ ਸਰ, ਥੈਂਕ ਯੂ। ਫਸਟ ਅਪ੍ਰੈਲ ਦਾ ਦਿਨ ਸਾਰਿਆਂ ਲਈ ਮਸਤੀ ਮਜ਼ਾਕ ਭਰਿਆ ਦਿਨ ਹੁੰਦਾ, ਬਟ ਜੋ ਲੋਕ ਕੰਮ 'ਤੇ ਜਾਂਦੇ ਨੇ ਉਹਨਾਂ ਲਈ ਇਹ ਦਿਨ ਕਿਹੋ ਜਿਹਾ ਹੁੰਦਾ? ਚਲੋ ਉਹਨਾਂ ਤੋਂ ਪੁੱਛਦੇ ਹਾਂ ਅਤੇ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਆ ਜਾਓ। ਹੈਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਤੁਹਾਡਾ ਨਾਮ? ਜੈ ਜੀ। ਓਕੇ ਜੈ ਸਰ, ਜਿਵੇਂ ਤੁਹਾਨੂੰ ਪਤਾ ਕਿ ਫਸਟ ਅਪ੍ਰੈਲ ਆ ਰਿਹਾ ਹੈ ਨਾ, ਇਹ ਫਸਟ ਅਪ੍ਰੈਲ ਵਾਲੇ ਦਿਨ ਤੁਸੀਂ ਕੀ ਸੋਚਿਆ, ਤੁਹਾਡਾ ਕੀ ਪਲੈਨ? ਐਸਾ ਕੁਛ ਤਾਂ ਨਹੀਂ ਹੈ, ਬਸ ਥੋੜ੍ਹਾ ਜਿਹਾ ਰੌਣਕ ਮੇਲਾ ਹੋ ਜਾਂਦਾ ਜੀ ਇੱਥੇ, ਬਸ ਹੋਰ ਕੁਛ ਨਹੀਂ। ਅੱਛਾ, ਯਾਨੀ ਕਿ ਤੁਸੀਂ ਖੁਦ ਨਹੀਂ ਬਣਾਉਣਾ? ਨਹੀਂ, ਇੱਦਾਂ ਦਾ ਕੁਛ ਨਹੀਂ ਜੀ, ਬਸ। ਅੱਛਾ, ਛੁੱਟੀ ਦਾ ਮਤਲਬ ਕੰਮ ਤੋਂ ਬਾਅਦ ਕੁਛ ਸਪੈਸ਼ਲ ਸੋਚਿਆ ਵੀ ਜਦੋਂ ਆਪਾਂ ਵਿਹਲੇ ਹੋ ਗਏ ਸੀ ਉਦੋਂ ਆਪਾਂ ਕਿਸੇ ਨਾਲ ਮਜ਼ਾਕ ਕਰਨਾ, ਮਸਤੀ ਕਰਨੀ ਹੈ, ਕਿਹਦੇ ਨਾਲ? ਹਾਂ, ਉਦਾਂ ਘਰਦਿਆਂ ਨਾਲ ਜਾਂ ਫਰੈਂਡ ਸਰਕਲ ਦੇ ਨਾਲ ਜ਼ਰੂਰ ਫਨ ਕਰ ਲਾਂਗੇ ਥੋੜ੍ਹਾ ਜਿਹਾ। ਓਕੇ, ਅੱਛਾ, ਮਤਲਬ ਇਹ ਵਰਕਿੰਗ ਟਾਈਮ ਹੁੰਦਾ ਜਿਹੜਾ ਤੁਹਾਡਾ, ਤੁਹਾਨੂੰ ਕੀ ਲੱਗਦਾ ਕਿ ਇੱਕ ਦਿਨ ਇਹੋ ਜਿਹਾ ਹੁੰਦਾ ਕਿ ਚਲੋ ਯਾਰ ਇਸ ਦਿਨ ਸਟ੍ਰੈਸ ਘੱਟ ਹੁੰਦਾ ਹੈ ਨਾ, ਅਤੇ ਕੁਛ ਮਸਤੀ ਹੁੰਦੀ ਆ, ਮਤਲਬ ਫਸਟ ਅਪ੍ਰੈਲ ਵਾਲੇ ਦਿਨ ਤੁਸੀਂ ਥੋੜ੍ਹੀ ਬਹੁਤ ਜਾਂ ਕਸਟਮਰ ਜੀ ਨਾਲ ਜਾਂ ਕਿਸੇ ਨਾਲ ਵੀ ਖੁਦ ਥੋੜ੍ਹਾ ਮਜ਼ਾਕ ਕਰਦੇ ਹੋ? ਹਾਂ, ਥੋੜ੍ਹਾ ਬਹੁਤਾ ਕਰ ਸਕਦੇ ਹਾਂ ਜੀ, ਜ਼ਰੂਰ, ਫਨ ਤਾਂ ਜ਼ਰੂਰੀ ਹੈ ਜੀ। ਹਾਂਜੀ, ਬਿਲਕੁਲ। ਅੱਛਾ, ਇਸ ਫਸਟ ਅਪ੍ਰੈਲ ਦੇ ਮੌਕੇ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ? ਬਸ ਜੀ, ਖੁਸ਼ ਰਹੋ, ਮਿਲ ਕੇ ਰਹੋ ਜੀ ਸਾਰੇ। ਇਹ ਮਤਲਬ ਫਸਟ ਅਪ੍ਰੈਲ ਕਦੋਂ ਤੋਂ ਮਨਾਇਆ ਜਾ ਰਿਹਾ, ਕੁਛ ਆਈਡੀਆ ਹੈ ਤੁਹਾਨੂੰ ਵੀ ਕਦੋਂ ਤੋਂ ਇਹ ਚੱਲਦਾ ਆ ਰਿਹਾ ਜਾਂ ਕਦੋਂ ਤੋਂ ਮਨਾਇਆ ਜਾ ਰਿਹਾ? ਕਾਫੀ ਟਾਈਮ ਹੋ ਗਿਆ ਜੀ, ਬਚਪਨ ਤੋਂ ਸੁਣਦੇ ਆ ਰਹੇ ਹਾਂ, ਕਾਫੀ ਟਾਈਮ ਹੋ ਗਿਆ ਜੀ। ਅੱਛਾ, ਆਈਡੀਆ ਤਾਂ ਨਹੀਂ ਹੈ ਇਸ ਚੀਜ਼ ਦਾ। ਓਕੇ, ਅੱਛਾ ਸਰ, ਇਸ ਮੌਕੇ 'ਤੇ ਸਾਨੂੰ ਕੁਛ ਸੁਣਾ ਦਿਓ। ਬਸ ਜੀ, ਸ਼ਾਇਰੇ ਸ਼ਾਇਰੀ ਦਾ ਸ਼ੌਂਕ ਨਹੀਂ ਹੈ ਜੀ, ਸ਼ਾਇਰ ਸੁਣਾ ਦਿਓ, ਗਾਣਾ ਸੁਣਾ ਦਿਓ। ਨਹੀਂ, ਇੱਦਾਂ ਹੀ ਹੋਬੀ ਨਹੀਂ ਹੈ ਜੀ, ਬਸ। ਓਕੇ ਸਰ, ਥੈਂਕ ਯੂ, ਥੈਂਕ ਯੂ ਸਰ। ਸਰ ਤੁਹਾਡਾ ਨਾਮ? ਮੇਰਾ ਨਾਮ ਸ਼ੈਡੀ ਅਲਸਨ ਹੈ। ਵੈਰੀ ਨਾਈਸ ਨੇਮ। ਓਕੇ ਸਰ, ਜੈਸੇ ਆਪਕੋ ਪਤਾ ਹੈ ਕਿ ਫਸਟ ਅਪ੍ਰੈਲ ਆ ਰਹਾ ਹੈ ਨਾ, ਤੋ ਉਸਕੇ ਲਈ ਆਪਨੇ ਕੌਨ ਸੀ ਤਿਆਰੀ ਕੀ?
फर्स्ट अप्रैल के लिए स्पेशलिटी, मैं अभी शॉप न्यू ओपन की है तो मैं चाहता हूँ कि ये चीज़ मैं आगे बढ़ाऊँ। ओके नहीं तुम्हें नहीं लगता कि मस्ती मजाक भी ज़रूरी है? मस्ती मजाक भी ज़रूरी है, लेकिन अभी जो मेरी लाइफ है वो ज़्यादातर वैसे वाले फोकस ऑन फ्यूचर। ओके मतलब थानू पता है कि फर्स्ट अप्रैल कदों तक या मनाया जा रहा है या क्यों मनाया जा रहा है, कुछ आइडिया? नो। ओके मतलब थोड़े मतलब तुसी कह रहे हो कि तुसी नवी शॉप खोली है, तो इसका फर्स्ट अप्रैल ते कोई मतलब ज़्यादा भीड़ होंगी है या फेस्टिवल टाइम कुछ ज़्यादा स्कोप होंगे है? लिटिल बिट, क्योंकि इस टाइम तो हाले कम बिल्कुल है नहीं, मॉल खाली हो रहा है ज़्यादातर। तो ओके चलो असं कोशिश करा कि थोड़ा सा अट्रैक्टिव करा इस मॉल न। ओके बिल्कुल अच्छा आप इस फर्स्ट अप्रैल के मौके पे हमें कुछ सुना दो समथिंग। मैं क्योंकि टैटू आर्टिस्ट ही हूँ, क्योंकि मेरे को भी आर्ट ही आता है ज़्यादातर, तो सुनाने में तो क्या कुछ भी नहीं सुना सकता। ओके तुसी कोई मैसेज देना चाहोगे? मैसेज तो मैं ये देना चाहूँगा कि ज़्यादातर जिन्हें भी हैगे ने जो जेडे कम नहीं करते ने उन्होंने मेहनत करनी चाहिए है। हाँ ज़्यादातर स्पेशली जो इस जनरेशन है ना, क्योंकि इस जनरेशन ना कोई पढ़ाई लिखाई कोई कम नहीं आएगी, ज़्यादातर स्पेशली ये होएगा कि बंदा अपने हाथ का कम करे। ओके मेहनत करो, मेहनत नाल कमाओ। ओके सर थैंक यू सो मच। फर्स्ट अप्रैल में लैके सब दिन बहुत सारिया तैयारियां ने, चलो इस दिन में लैके जंगस्टर दी की तैयारियां ने जान दिया उन्हें तो आज सत श्री अकाल जी। सर नाम? माय नेम इज मनदीप सिंह। सर करमप्रीत सिंह जी। नाम? हेयर इज नवजोत सिंह। सुखदीप सिंह। ओके सर फर्स्ट अप्रैल आ रहा है, उसनू लैके तुहाडियां की तैयारी? साडी तां जी असीं जे कोई भी प्लान कर लईए असीं फॉलो तां करदे नहीं, असीं मौके ते ही प्लान बना लैने जी। ओके यानी कि तुहाडा फ्रेंड्स नाल पूरी चंगी तरह अप्रैल फूल बनाउण दा मूड हैगा? मूड हाँ जी बनावांगे असीं कदों नूं तां अप्रैल फूल जी, जिहड़े सानूं सारा साल मतलब कि तंग करदे आ फूल बनाउंदे ने, असीं भी उहनां नूं दस्सांगे भी सारा साल भी एवें किसे नूं फूल नहीं बनाउणा चाहीदा। ਇੱਕ ਦਿਨ ਬਣਾਓ ਜੀ, ਬਣਾਉਣਾ ਹਰ ਰੋਜ਼ ਨਾ ਬਣਾਓ। ਲੋਕ ਤੱਕਾ ਕਰਦੇ ਨੇ ਜੀ, ਜਿਹੜਾ ਬੰਦਾ ਪਿਆਰ ਕਰਦਾ ਗਾ ਉਹਨੂੰ ਫੁੱਲ ਬਣਾਉਂਦੇ ਨੇ। ਅੱਛਾ ਮਤਲਬ ਫਸਟ ਅਪ੍ਰੈਲ ਮਨਾਉਂਦੇ ਆ ਰਹੇ ਆਪਾਂ ਕਾਫੀ ਟਾਈਮ ਤੋਂ, ਕੁਛ ਹਿਸਟਰੀ ਪਤਾ ਤੁਹਾਨੂੰ ਇਸਦੀ ਵੀ ਕਿਉਂ ਮਨਾਇਆ ਜਾਂਦਾ? ਹਾਂ ਇਹਦੀ ਹਿਸਟਰੀ ਤਾਂ ਨਹੀਂ ਪਤਾ, ਸਕੂਲ 'ਚ ਪਤਾ ਹੁੰਦਾ ਸੀ ਵੀ ਜਵਾਕ ਸਾਰੇ ਇੱਕ ਦੂਜੇ ਨੂੰ ਫੁੱਲ ਬਣਾਉਂਦੇ ਅਤੇ ਸਾਰਾ ਅਪ੍ਰੈਲ ਹੀ ਫੁੱਲ ਬਣਾਈ ਜਾਂਦਾ ਰਹਿੰਦਾ ਜੀ। ਅੱਛਾ ਸਾਰਾ ਅਪ੍ਰੈਲ ਹੀ ਫੁੱਲ ਬਣਾਉਂਦੇ ਰਹਿੰਦੇ, ਹਿਸਟਰੀ ਤਾਂ ਨਹੀਂ ਕੋਈ ਪਤਾ ਜੀ, ਮਹੀਨਾ ਪਹਿਲਾਂ ਸਾਨੂੰ ਚਾਅ ਚੜ੍ਹ ਜਾਂਦਾ ਜੀ ਅਪ੍ਰੈਲ ਫੁੱਲ ਆਉਣ ਵਾਲਾ। ਓਕੇ ਜਾਣੀ ਕਿ ਸਾਰੇ ਤਿਉਹਾਰਾਂ ਦੇ ਇੱਕ ਤਿਉਹਾਰਾਂ ਦੇ ਇਹ ਦਿਨ ਦਾ ਬਰਾਬਰੀ ਦਾ ਹੀ ਕੰਮ ਹੈ ਨਾ। ਅੱਛਾ ਇਹ ਦੱਸੋ ਕਿ ਫਸਟ ਅਪ੍ਰੈਲ 'ਤੇ ਤੁਸੀਂ ਆਪਣੇ ਮੰਮੀ ਡੈਡੀ ਲਈ ਕੀ ਕਰੋਗੇ? ਅਸੀਂ ਮੰਮੀ ਡੈਡੀ ਦੇ ਕੋਈ ਉਹ ਤਾਂ ਹੈ ਨਹੀਂ ਜੀ, ਫੈਸਟੀਵਲ ਰੋਲ ਹੀ ਨਹੀਂ ਹੈਗਾ ਜੀ ਕੋਈ, ਨੋ ਰੋਲ। ਬੱਤੀ ਰੈਡ ਤੇ ਬਲੂ ਲੱਭੇ ਜੱਟ ਨੂੰ, ਜੱਟ ਕਿੱਥੇ ਰਹਿੰਦਾ ਕਿਸੇ ਨੂੰ ਨਾ ਸੂ, ਜੰਗਲ ਦਾ ਸ਼ੇਰ ਕਿੱਥੇ ਕੈਦ ਕਰੇ ਯੂ। ਥੈਂਕ ਯੂ। ਇੱਕ ਇੱਕ ਦੂਜਾ ਗਾਣਾ ਵਾਲੀ ਉੱਥੇ ਗੱਲ ਏ ਉੱਥੇ ਵਾਲੀ, ਇੱਥੇ ਬੰਦੇ ਹੁੰਦੇ ਸਾਲੇ ਮਿੱਟੀ ਆ ਜਾ ਰੇਤੇ, ਫਾਰਮ ਤਵੀਲੇ ਰੱਖੇ ਹੋਰਸ ਯਾਰਾਂ ਨੇ, ਚੌਵੀ ਘੰਟੇ ਥੱਲੇ ਰਹਿੰਦੀ ਫੋਰਸ ਯਾਰਾਂ ਦੇ, ਤੂੜੀ ਵਾਲੇ ਰੱਖਾਂ ਦੱਬ ਦੱਬ ਅਸਲਾ, ਲੱਭਦੇ ਨੇ ਮਾਮੇ ਮਾਰ ਟੋਰਚ ਯਾਰਾਂ ਦੇ, ਉਹ ਮਾੜਾ ਨਹੀਂ ਉਹ ਬੋਡੀ 'ਤੇ ਸਟੱਫ ਪਾਈ ਦਾ, ਖਾਧਾ ਨਹੀਂ ਉਹ ਕਦੇ ਚੀਟ ਦੀ ਕਮਾਈ ਦਾ। ਇੱਕ ਚੰਡੀਗੜ੍ਹ ਨੀ ਚੰਡੀਗੜ੍ਹ ਵਾਲੀਏ ਹੁਣ ਨਹੀਂ ਮੁੜਦੇ ਯਾਰ, ਨੀ ਚੰਡੀਗੜ੍ਹ ਵਾਲੀਏ ਹੁਣ ਨਹੀਂ ਮੁੜਦੇ ਯਾਰ, ਹਾੜ ਦੀ ਗਰਮੀ ਡੇਕ ਦੇ ਥੱਲੇ ਮੰਜਾ ਡਾਕੇ ਬੈਠਾ ਸੀ, ਖੰਟ ਵਾਲੇ ਦੇ ਗੀਤਾਂ ਦੀ ਮੈਂ ਸੀਡੀ ਲਾ ਕੇ ਬੈਠਾ ਸੀ, ਉਹਦਿਆਂ ਗੀਤਾਂ ਦਿਲ ਖੁਸ਼ ਕੀਤਾ ਆਉਂਦਾ ਰੇ ਦਿਲਦਾਰ, ਨੀ ਚੰਡੀਗੜ੍ਹ ਵਾਲੀਏ ਹੁਣ ਨਹੀਂ ਮੁੜਦੇ ਯਾਰ। ਓਕੇ ਸਰ ਥੈਂਕ ਯੂ ਸੋ ਮਚ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੈਮ। ਤੁਹਾਡਾ ਨਾਮ ਜੀ? ਹਰਸ਼ ਕੁਮਾਰ। ਤੁਹਾਡਾ ਨਾਮ ਸਰ? ਅਭੀ ਸਿੰਘ। ਓ ਨਾਈਸ, ਹੈਪੀ ਸਿੰਘ ਹੈਪੀ ਰਹੋ ਹਮੇਸ਼ਾ, ਹੈ ਨਾ। ਹਾਂਜੀ ਸਰ ਤੁਹਾਨੂੰ ਪਤਾ ਫਸਟ ਅਪ੍ਰੈਲ ਆ ਰਿਹਾ, ਉਸ ਨੂੰ ਲੈ ਕੇ ਤੁਸੀਂ ਕੀ ਪਲਾਨ ਕੀਤਾ? ਪਲਾਨ ਜੀ ਦੋਸਤਾਂ ਨਾਲ ਹੀ ਮਨਾਈਦਾ ਜੀ ਪਲਾਨ। ਅੱਛਾ ਕੀ ਸੋਚਿਆ, ਕਿਵੇਂ ਦਾ ਮਜ਼ਾਕ ਕਰੋ ਕੁਛ? ਮੈਮ ਸਾਡਾ ਰਿਜ਼ਲਟ ਆ ਰਿਹਾ ਐਮ ਸੀ ਏ ਦਾ, ਉਹ ਦੇਖਾਂਗੇ ਵੀ ਅਗਲੇ ਮੰਥ ਹੀ ਆ ਰਿਹਾ, ਸਾਨੂੰ ਪਤਾ ਹੈਗਾ ਵੀ ਅਗਲੇ ਮੰਥ ਹੀ ਆਊਗਾ,
ਅਸੀਂ ਰਿਜ਼ਲਟ ਦਾ ਹੀ ਕਰਾਂਗੇ। ਅੱਛਾ, ਜਾਣ ਕੇ ਰਿਜ਼ਲਟ ਦਾ ਹੀ ਕਰੋਗੇ, ਸਭ ਤੋਂ ਡੇਂਜਰ ਸਟੂਡੈਂਟਸ ਲਈ ਸਭ ਤੋਂ ਡੇਂਜਰ ਹੈ ਨਾ। ਗਰੁੱਪ 'ਚ ਪਹਿਲਾਂ ਹੀ ਅਨਾਊਂਸ ਕਰ ਦਾਂਗੇ ਜੀ, ਅਸੀਂ ਕਰਦੇ ਜੀ, ਲਿਸਟ ਆ ਗਈ ਹੈ, ਗੂਗਲ ਤੋਂ ਸਰਚ ਕਰ ਲਾਂਗੇ, ਰਿਜ਼ਲਟ ਦੇਖ ਲਾਂਗੇ, ਕੋਈ ਡੁਪਲੀਕੇਟ ਹੀ ਸੈਂਡ ਕਰ ਦਾਂਗੇ ਜੀ। ਅੱਛਾ, ਜਾਣੀ ਕਿ ਠੀਕ ਠੀਕ ਜਿਹਾ ਰੱਖੋਗੇ। ਰੈਡੀ ਅਸੀਂ ਕਰ ਚੁੱਕੇ ਹਾਂ, ਇਹ ਚੁੱਕਾ ਕਰ ਚੁੱਕੇ ਹਾਂ ਮੈਮ, ਹੁਣ ਬਟ ਕਰਾਂਗੇ 1 April ਦੇ ਜੀ। ਅੱਛਾ ਜਿਵੇਂ 1 April ਦਾ ਟਾਈਮ ਹੈ ਨਾ, ਇਹ ਇਸ ਬਾਰੇ ਤੁਸੀਂ ਕੁਛ ਜਾਣਦੇ ਹੋ ਕਿ ਕਦੋਂ ਤੋਂ ਮਨਾਇਆ ਜਾ ਰਿਹਾ, ਕਿਵੇਂ ਮਨਾਇਆ ਜਾ ਰਿਹਾ? ਨਹੀਂ ਜੀ, ਇਹ ਤਾਂ ਨਹੀਂ ਪਤਾ ਜੀ, ਸੋਰੀ ਪਤਾ। ਅੱਛਾ, ਤੁਸੀਂ ਕਿਹਾ ਕਿ 1 April ਤੋਂ ਤੁਸੀਂ ਮਸਤੀ ਕਰੋਗੇ ਹੈ ਨਾ, ਇਸ ਮਸਤੀ ਦੇ ਮੌਕੇ 'ਤੇ ਥੋੜ੍ਹਾ ਜਿਹਾ ਸਾਡੇ ਲਈ ਵੀ ਕੁਛ ਸੁਣਾ ਦਿਓ। ਸਟੂਡੈਂਟਸ ਦੀ ਲਾਈਫ ਹੀ ਮਸਤੀ ਵਾਲੀ ਲਾਈਫ ਹੁੰਦੀ ਹੈ ਨਾ, ਇਸ ਤੋਂ ਬਾਅਦ ਤਾਂ ਬਹੁਤ ਸਾਰਾ ਸਟ੍ਰੈਸ, ਕੰਮ, ਸਮਥਿੰਗ ਸਮਥਿੰਗ ਹੈ ਨਾ, ਦੈਨ ਬਸ ਆਹੀ ਲਾਈਫ ਹੁੰਦੀ ਹੈ ਕਿ ਜਦੋਂ ਬੰਦਾ ਮਸਤੀ ਮਜ਼ਾਕ ਕਰ ਸਕਦਾ ਹੈ ਨਾ, ਅਤੇ ਇਸ ਮੌਕੇ ਹੀ ਆਪਾਂ ਕੋਲ ਆਪਣਾ ਟੈਲੈਂਟ ਆਪਾਂ ਨੂੰ ਪਤਾ ਲੱਗਦਾ। ਠੀਕ ਹੈ, ਤੋ ਇਸ ਮੌਕੇ ਮੈਨੂੰ ਵੀ ਤੁਹਾਡੇ ਤੋਂ ਥੋੜ੍ਹੀ ਜਿਹੀ ਐਕਸਪੈਕਟੇਸ਼ਨ ਨਹੀਂ, ਤਾਂ ਮੈਂ ਤੁਹਾਡੇ ਤੋਂ ਕੁਛ ਨਾ ਕੁਛ ਸੁਣ ਕੇ ਹੀ ਜਾਣਾ। ਇਹ ਜੀ ਸਿੰਗਰ ਸਾਡੀ ਕਲਾਸ ਦਾ, ਫਿਰ ਤਾਂ ਕੋਈ ਗੱਲ ਨਹੀਂ ਜੀ, ਕੋਈ ਗੱਲ ਸੁਣਾ ਦਿਓ ਮੈਮ, ਇੱਕ ਲਾਈਨ ਆਉਂਦੀ ਬਸ। ਦਿਲ ਦੀਆਂ ਗੱਲਾਂ ਕਰਾਂਗੇ ਸਾਰੀ ਰਾਤ ਵੇ। ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਤੁਹਾਡਾ ਨਾਮ? ਮੇਰਾ ਨਾਮ ਗੈਰੀ ਹੈ ਜੀ। ਇੰਦਰ। ਨਾਈਸ ਨੇਮ। ਓਕੇ ਸਰ, 1 April ਆ ਰਿਹਾ, ਤੁਸੀਂ ਕੀ ਪਲਾਨ ਕੀਤਾ? ਕੁਛ ਨਹੀਂ ਜੀ, ਹਾਲੇ ਤਾਂ ਫ੍ਰੀ ਹਾਂ, ਦੇਖੋ ਹਾਲੇ ਕਰਦੇ ਹਾਂ, ਕੱਲ੍ਹ ਦਾ ਪਲਾਨ ਕਰਦੇ ਹਾਂ ਜੀ, ਫਿਰ ਦੱਸਦੇ ਹਾਂ ਵੀ ਕਿਵੇਂ ਰਹੂਗਾ ਹੈ ਨਾ। ਅੱਛਾ, ਤੁਸੀਂ ਇਹ ਮਸਤੀ ਕਿਹਦੇ ਨਾਲ ਕਰੋ? ਸਪੈਸ਼ਲ ਵੈਸੇ ਤਾਂ ਆਪਣੇ ਫਰੈਂਡਸ ਨਾਲ ਹੀ ਚੰਗੀ ਲੱਗਦੀ ਹੈ। ਮਜ਼ਾਕ ਚੱਲ ਲੈਂਦੇ? ਹਾਂਜੀ ਹਾਂਜੀ ਹਾਂਜੀ। ਅੱਛਾ, ਮਤਲਬ ਤੁਸੀਂ ਇਸ ਮੌਕੇ 'ਤੇ ਕੋਈ ਮੈਸੇਜ ਦੇਣਾ ਚਾਹੋਗੇ? ਮੈਸੇਜ ਤਾਂ ਇਹੀ ਹੈ ਜੀ ਵੀ ਫਨ ਕਰੋ, ਕੋਈ ਗੱਲ ਨਹੀਂ, ਜਿਵੇਂ ਮਰਜ਼ੀ ਵਧੀਆ ਆਪਣੇ ਫਰੈਂਡਸ ਨਾਲ ਕਰੋ, ਅਤੇ ਨਸ਼ੇ ਤੋਂ ਥੋੜ੍ਹਾ ਜਿਹਾ ਪਰਹੇਜ਼, ਅਤੇ ਗਰਮੀ ਜ਼ਿਆਦਾ ਵੱਧ ਗਈ ਹੈ, ਇਹ ਵੀ ਆਪਣੇ ਕਾਰਨ ਹੀ ਹੈ। ਕਰਿਓ ਠੰਡਾ ਰੱਖਿਓ। ਹਾਂਜੀ, ਇਸ ਮੌਕੇ 'ਤੇ ਤੁਸੀਂ ਸਾਨੂੰ ਕੁਛ ਸੁਣਾਓਗੇ? ਹਾਂਜੀ ਹਾਂਜੀ ਜ਼ਰੂਰ, ਗਾਣੇ ਜਿੰਨੇ ਮਰਜ਼ੀ ਸੁਣੋ ਜੀ, ਕੋਈ ਗੱਲ ਨਹੀਂ, ਚਲੋ ਫਿਰ ਸੁਣਾਓ ਥੋੜ੍ਹਾ। ਹਾਂਜੀ ਹਾਂਜੀ, ਭਰਾ ਲਈ ਸੁਣਾ ਦਿੰਦੇ ਹਾਂ ਜੀ। ਕਹਿੰਦਾ ਉਹ ਫੋਟੋ ਤੇਰੀ ਵੀਰੇ ਆ ਮੈਂ ਦਿਲ 'ਤੇ ਛਪਾਈ, ਲੱਖਾਂ ਵਿੱਚੋਂ ਇੱਕ ਮੇਰਾ ਸੋਹਣਾ ਵੱਡਾ ਬਾਈ, ਜਿੰਦ ਜਾਨ ਮੇਰੀ ਉਹਦੇ ਵਿੱਚ ਵੱਸਦੀ, ਜਿੰਦ ਜਾਨ ਮੇਰੀ ਉਹਦੇ ਵਿੱਚ ਵੱਸਦੀ, ਉਹਨੂੰ ਰੱਬ ਦੇ ਸਮਾਨ ਹੀ ਮੈਂ ਕਹਿ ਸਕਦਾ, ਕਿੰਨੇ ਤੁਰੇ ਫਿਰਦੇ ਆ ਹੋਰ ਰਿਸ਼ਤੇ, ਵੱਡੇ ਬਾਈ ਵਾਲੀ ਥਾਂ ਨਹੀਂ ਕੋਈ ਲੈ ਸਕਦਾ, ਕਿੰਨੇ ਤੁਰੇ ਫਿਰਦੇ ਆ ਹੋਰ ਰਿਸ਼ਤੇ, ਵੱਡੇ ਬਾਈ ਵਾਲੀ ਥਾਂ ਨਹੀਂ ਕੋਈ ਲੈ ਸਕਦਾ। ਹੋਏ ਥੈਂਕ ਯੂ ਸਰ, ਥੈਂਕ ਯੂ ਸੋ ਮਚ ਸਰ। ਤੁਸੀਂ ਕੁਛ ਡੈਲੀਗੇਟ ਕਰਨਾ ਚਾਹੋਗੇ ਆਪਣੇ ਛੋਟੇ ਵੀਰੇ ਨੂੰ? ਮੈਂ ਛੋਟਾ ਜੀ, ਮੈਂ ਵੱਡਾ ਕਹਿ ਦਿੰਦਾ। ਹਾਂਜੀ ਇਹ ਵੱਡੇ ਨੇ, ਆ ਛੋਟੇ ਨੇ? ਛੋਟੇ ਨੇ। ਅੱਛਾ, ਮੈਂ ਜੀ ਸਿੰਗਰ ਨਹੀਂ ਹੈਗਾ ਜੀ। ਅੱਛਾ, ਚਲੋ ਕੁਛ ਸੁਣਾਓ, ਥੋੜੇ ਜਿਹਾ ਸਿੰਗਰ ਨਹੀਂ ਹੈਗਾ ਤਾਂ ਫਿਰ ਕੀ ਹੈ? ਖਾਂਦੇ ਪੀਂਦਿਆਂ ਨੂੰ ਦੇਖ ਕੇ ਨਾ ਸੜੀਏ, ਆਂਡ ਤੇ ਗਵਾਂਡ 'ਚ ਕਦੇ ਨਾ ਲੜੀਏ, ਵੈਰੀ ਘਰੇ ਜਾ ਕੇ ਵੀ ਕਦੇ ਨਹੀਂ ਖਾਈਦਾ, ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ, ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ, ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ, ਕੰਨਿਆਂ ਕੁਆਰੀ ਨੂੰ ਨਹੀਂ ਗਾਲ ਕੱਢੀ ਦੀ, ਆਪਣੀ ਵਿਆਹੀ ਵੀ ਕਦੇ ਨਹੀਂ ਛੱਡੀ ਦੀ, ਇੱਕੋ ਜਿੰਨਾ ਦੁੱਖ ਮਾਪਿਆਂ ਨੂੰ ਜਾਈਦਾ, ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ, ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ, ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ। ਵੈਰੀ ਨਾਈਸ, ਥੈਂਕ ਯੂ ਸਰ, ਥੈਂਕ ਯੂ ਸੋ ਮਚ, ਥੈਂਕ ਯੂ ਸਰ। 1 April ਨੂੰ ਲੈ ਕੇ ਲੋਕ ਬਹੁਤ ਜ਼ਿਆਦਾ ਐਕਸਾਈਟਡ ਹਨ, ਉੱਥੇ ਉਹਨਾਂ ਦੇ ਦਿਮਾਗ 'ਚ ਖੁਰਾਪਾਤੀ ਆਈਡੀਏ ਵੀ ਆ ਰਹੇ ਹਨ ਕਿ ਉਹ 1 April ਨੂੰ ਮਨਾਉਣਗੇ ਕਿਵੇਂ। ਉਸੇ ਤਰ੍ਹਾਂ ਮੈਂ ਇਸ ਮੌਕੇ 'ਤੇ ਇੱਕ ਗੱਲ ਕਹਿਣਾ ਚਾਹੂੰਗੀ ਕਿ 1 April ਨੂੰ ਮਨਾਓ, ਮਸਤੀ ਮਜ਼ਾਕ ਕਰੋ, ਬਟ ਹਾਂ ਕਿਸੇ ਨੂੰ ਨੁਕਸਾਨ ਨਾ ਪਹੁੰਚਾਓ, ਸੇਫ ਤਰੀਕੇ ਨਾਲ ਇਹ 1 April ਮਨਾਓ। ਇਸੇ ਤਰ੍ਹਾਂ ਮੈਂ ਕਰਮਜੀਤ ਕੌਰ ਅਗਲਾ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਵਾਂਗੀ, ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ, ਜਾਣੀ ਕਿ ਕਰਮਜੀਤ ਨੂੰ, ਅਤੇ ਫਿਰ ਮਿਲਾਂਗੇ ਨਵੇਂ ਪ੍ਰੋਗਰਾਮ 'ਤੇ। ਟਾਟਾ, ਬਾਏ ਬਾਏ।